ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम्स ਸਟੱਡੀ ਵਿਦ ਜੋਬ ਅਲਰਟ ਤੇ। ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਹੁਣੇ-ਹੁਣੇ ਇਹ ਅਪਡੇਟ ਆਈ ਹੈ ਸਕੂਲਾਂ ਦੇ ਸਮੇਂ ਨੂੰ ਬਦਲਣ ਨੂੰ ਲੈ ਕੇ। ਸੋ ਨਵੀਂ ਅਪਡੇਟ ਹੈ ਜਿਹੜੀ ਆ ਚੁੱਕੀ ਹੈ ਕਦੋਂ ਸਕੂਲ ਲੱਗੇਗਾ, ਕਦੋਂ ਤੋਂ ਛੁੱਟੀ ਹੋਏਗੀ ਪੂਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਇਸੇ ਤਰ੍ਹਾਂ ਅਪਡੇਟ ਮਿਲਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਆਫੀਸ਼ੀਅਲ ਨੋਟੀਫਿਕੇਸ਼ਨ ਦੇਖਣ ਲਈ Instagram ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ। एग्जाम्स ਸਟੱਡੀ ਵਿਦ ਜੋਬ ਅਲਰਟ Instagram ਪੇਜ ਦਾ ਨਾਮ ਹੈ। ਤਾਂ ਸ਼ੇਅਰ ਕਰ ਤਾਂ ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ ਜਿਹੜਾ ਬਦਲ ਦਿੱਤਾ ਗਿਆ 23 ਜਨਵਰੀ 2023 ਤੋਂ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਜਿਹੜੇ ਖੁੱਲ੍ਹਿਆ ਕਰਨਗੇ ਜਦੋਂ ਕਿ 3 ਵਜੇ ਛੁੱਟੀ ਹੋਇਆ ਕਰੇਗੀ ਇਸ ਦੇ ਨਾਲ ਹੀ ਸਕੈਂਡਰੀ ਸਕੂਲ ਸਵੇਰੇ 9 ਵਜੇ ਖੁੱਲ੍ਹਿਆ ਕਰਨਗੇ ਅਤੇ ਛੁੱਟੀ ਜਿਹੜੀ 3 ਵਜੇ ਕੇ 20 ਮਿੰਟਾਂ ਤੇ ਹੋਇਆ ਕਰੇਗੀ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਧੁੰਦ ਦੇ ਕਾਰਨ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਕੇ 20 ਮਿੰਟਾਂ ਤੇ ਜਿਹੜਾ ਕਰ ਦਿੱਤਾ ਗਿਆ ਸੀ ਸੋ ਹੁਣੇ ਹੁਣੇ ਇਹ ਅਪਡੇਟ ਆਈ ਹੈ ਸੋ ਅੱਜ 23 ਤਰੀਕ ਹੈ ਸੋ ਨਵਾਂ ਸਮਾਂ ਜਿਹੜਾ ਸਕੂਲਾਂ ਦਾ ਜਾਰੀ ਹੋ ਚ ਸੂ ਵੱਧ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਹਰ ਇੱਕ ਤੱਕ ਇਸ ਦਾ ਮੈਸੇਜ ਜਿਹੜਾ ਪਹੁੰਚ ਸਕੇ ਧੰਨਵਾਦ ਜੀ